ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਭਾਈ ਸਾਹਿਬ, ਆਪਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਮੈਂ ਕਹਿ ਰਿਹਾ ਸੀ ਵੀ ਅਸੀਂ ਸਾਡੀ ਸੋਚਣੀ ਆ ਕਿ ਦੁੱਖ ਜਿਹੜੇ ਆ ਉਹ ਪਰਮਾਤਮਾ ਦਿੰਦਾ, ਸੁੱਖ ਜਿਹੜੇ ਮੇਰੇ ਆਪ ਪੈਦਾ ਕੀਤੇ ਆ। ਜੇ ਮੈਂ ਕੋਈ ਵਧੀਆ ਕੰਮ ਕਰ ਦਿੰਦਾ, ਮੰਨ ਲਓ ਮੈਂ ਕਾਰ 'ਤੇ ਜਾਂਦਾ ਅਤੇ ਕਿਸੇ ਨੂੰ ਬਚਾ ਲਿਆ ਅਤੇ ਉਹ ਕਹਿੰਦਾ ਵੀ ਮੈਂ ਬ੍ਰੇਕ ਲਾਈ, ਐਕਸੀਡੈਂਟ ਚੱਕਿਆ ਅਤੇ ਮੈਂ ਇੰਨੀ ਕੋਸ਼ਿਸ਼ ਕੀਤੀ ਅਤੇ ਬਚਾ ਲਿਆ। ਪਰ ਜੇ ਉਸੇ ਕਾਰ ਦੇ ਉਸੇ ਟਾਈਮ ਥੱਲੇ ਆ ਕੇ ਬੰਦਾ ਮਰ ਜਾਂਦਾ, ਉਹ ਕਹਿੰਦਾ ਵੀ ਮੈਂ ਕੁਛ ਹੀ, ਪਰ ਰੱਬ ਨੇ ਬੰਦਾ ਮਾਰਤਾ, ਵੀ ਰੱਬ ਦੇ ਹੱਥ ਹੀ ਸਕਦਾ। ਵੀ ਇਹ ਤਾਂ ਸਾਡੀ ਸੋਚਣੀ ਆ ਵੀ ਅਸੀਂ ਨਾ ਰੱਬ ਨੂੰ ਓਪਰਾ ਸਮਝਿਆ ਹੋਇਆ, ਬੇਗਾਨਾ ਹੈ। ਹਾਂਜੀ, ਤੇ ਜੋ ਕਰਿਆ ਸੀ, ਜਿਵੇਂ ਮਨਮੁਖ ਤੇ ਗੁਰਮੁਖ ਚ ਹੀ ਇੱਕ ਫਰਕ ਹੈਗਾ। ਮਨਮੁਖ ਇਹ ਕਹਿੰਦਾ ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸੁਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਾਰਾ ਕੁਛ ਮੇਰਾ, ਮੈਂ ਮਿਹਨਤ ਕੀਤੀ, ਮੈਂ ਜੋੜਿਆ, ਮੈਂ ਕਮਾਇਆ। ਗੁਰਮੁਖ ਇਹ ਗੱਲ ਆਖਦਾ ਕਿ ਦਾਤ ਜੋਤ ਸੂਰਤ ਸਭ ਤੇਰੀ, ਬਹੁਤ ਸਿਆਣਪ ਹੋ ਮੈਂ ਮੇਰੀ, ਦਾਤਾਂ ਤੇਰੀਆਂ ਨੇ, ਰਹਿਮਤਾਂ ਤੇਰੀਆਂ ਨੇ, ਆਹ ਜਿਹੜੀ ਚਤੁਰਾਈਆਂ ਚਲਾਕੀਆਂ ਅਹੰਕਾਰ ਉਹ ਸਾਰੇ ਮੇਰੇ ਆਪਣੇ ਨੇ। ਇਸ ਕਰਕੇ ਰੱਬ ਦੁੱਖ ਦਿੰਦਾ ਹੀ ਨਹੀਂ ਹੈ, ਉਹ ਤੇ ਸੁੱਖ ਦਾਤਾ ਹੈ, ਉਹਦਾ ਕੰਮ ਸਿਰਫ਼ ਸੁੱਖ ਦੇਣਾ, ਦੁੱਖ ਨਹੀਂ ਦੇ ਸਕਦਾ। ਸੂਰਜ ਦਾ ਕੰਮ ਸਿਰਫ਼ ਰੋਸ਼ਨੀ ਦੇਣਾ, ਉਹ ਹਨੇਰਾ ਦੇ ਨਹੀਂ ਸਕਦਾ ਹੈਗਾ। ਤੇ ਫਿਰ ਜਿਹੜੇ ਦੁੱਖ ਆ ਜਿਹੜੇ ਸਾਡੇ ਸਾਰੇ ਆ, ਫਿਰ ਆਉਂਦੇ ਕਿੱਥੋਂ? ਹਾਂ, ਇਹ ਬਹੁਤ ਹੀ ਸਵਾਲ ਹੈ ਜੀ। ਹਾਂਜੀ, ਦੇਖੋ ਸੂਰਜ ਨੂੰ ਅਸੀਂ ਕਹਿੰਦੇ ਹਾਂ ਤੂੰ ਹਨੇਰਾ ਦੇ ਰਿਹਾ, ਉਹ ਕਹਿੰਦਾ ਮੈਂ ਦੇ ਨਹੀਂ ਰਿਹਾ ਹਨੇਰਾ, ਫਿਰ ਹਨੇਰਾ ਆ ਕਿੱਥੋਂ ਰਿਹਾ? ਸਿੱਧੀ ਜੀ ਗੱਲ ਹੈਗੀ ਆ, ਸੂਰਜ ਰੋਸ਼ਨੀ ਦੇ ਰਿਹਾ, ਪਰ ਜਦੋਂ ਕੋਈ ਬੰਦਾ ਸੂਰਜ ਵੱਲ ਪਿੱਠ ਕਰ ਦਿੰਦਾ ਨਾ, ਉਹਦੇ ਅੱਗੇ ਹਨੇਰਾ ਆ ਜਾਂਦਾ ਹੈ। ਰੱਬ ਸਰਬ ਸੁੱਖ ਦਾਤਾ ਹੈ, ਪਰ ਜਦੋਂ ਤੱਕ ਰੱਬ ਵੱਲੋਂ ਬੇਮੁੱਖ ਹੋ ਜਾਂਦਾ ਹੈ, ਉਹਦੇ ਅੱਗੇ ਦੁੱਖ ਆ ਜਾਂਦੇ, ਹਨੇਰਾ ਦੁੱਖਾਂ ਦਾ ਆ ਜਾਂਦਾ ਅੱਗੇ, ਕਿਉਂਕਿ ਪਿੱਠ ਕਰ ਲਈ। ਸੂਰਜ ਨੂੰ ਪਿੱਠ ਕੀਤੀ, ਮੈਨੂੰ ਆਪਣਾ ਪਰਛਾਵਾਂ ਦਿਸਣ ਲੱਗ ਪਿਆ, ਹਨੇਰਾ ਆ ਗਿਆ, ਹਨੇਰਾ ਆ ਗਿਆ। ਇਸੇ ਤਰ੍ਹਾਂ ਰੱਬ ਸੁੱਖ ਦਾਤੇ ਵੱਲ ਪਿੱਠ ਕੀਤੀ ਤੇ ਅੱਗੇ ਦੁੱਖ ਆ ਗਏ, ਦੁੱਖ ਆ। ਜਦੋਂ ਵੀ ਜ਼ਿੰਦਗੀ 'ਚ ਦੁੱਖ ਆਣ, ਰੱਬ ਨੂੰ ਦੋਸ਼ ਦੇਣ ਦੀ ਬਜਾਏ ਇੱਕ ਗੱਲ ਕੋ ਬਾਣੀ ਦੀ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ, ਉਹਦੇ ਵੱਲ ਪਿੱਠ ਹੋ ਗਈ ਨਾ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਫਿਰ ਮਾਇਆ ਦੇ ਸੋਹਣੇ ਸੁੱਖਾਂ ਦੇ ਪ੍ਰਾਪਤ ਭੋਗ ਵੀ ਕੌੜੇ ਲੱਗਣ ਲੱਗ ਜਾਂਦੇ ਨੇ। ਜਾਂ ਇਹ ਕਹਿ ਲਓ ਕਿ ਮੇਰੀ ਜ਼ਿੰਦਗੀ 'ਚ ਦੁੱਖ ਆਇਆ, ਹੋ ਸਕਦਾ ਮੈਂ ਕੋਈ ਗਲਤ ਦੁੱਖਾਂ ਦਾ ਬੀਜ ਬੀਜਿਆ ਹੋਵੇ, ਕਿਉਂਕਿ ਰੱਬ ਮਰਜ਼ੀ ਨਹੀਂ ਕਰਦਾ, ਉਹਦੇ ਨਿਯਮ ਨੇ, ਹੁਕਮ ਮੈਨੇ, ਮਰਜ਼ੀ ਨੇ, ਨਿਯਮ ਉਹਦਾ ਨਿਯਮ, ਉਹ ਬੇਇਨਸਾਫੀ ਨਹੀਂ ਕਰਦਾ। ਅਸੀਂ ਕਹਿੰਦੇ ਹਾਂ ਵੱਡੀ ਵਡਿਆਈ ਜਾਂ ਵੱਡਾ ਨਾਉ, ਉਹਦੇ ਵਿੱਚ ਪੰਕਤੀਆਂ ਦੀ ਵੱਡੀ ਵਡਿਆਈ ਜਾਂ ਸੱਚ ਨਿਆਉ, ਸੱਚ ਨਿਆਉ, ਉਹਦਾ ਨਿਆਂ ਸੱਚ ਦਾ ਹੈ, ਜੇ ਉਹਦਾ ਇਨਸਾਫ ਸੱਚ ਦਾ ਹੈ ਤੇ ਉਹ ਫਿਰ ਸਾਨੂੰ ਐਵੇਂ ਕਿਉਂ ਦੁੱਖ ਦੇਗਾ? ਇਹਦਾ ਮਤਲਬ ਉਹਦਾ ਇਨਸਾਫ ਕਹਿੰਦਾ ਵੀ ਜ਼ਰੂਰ ਕਿਤੇ ਮੈਂ ਗਲਤ ਬੀਜ ਬੀਜਿਆ ਹੋਏਗਾ ਤੇ ਮੈਨੂੰ ਉਹ ਫਲ ਮਿਲਿਆ, ਬੀਜ ਬੀਜਾ ਮੈਂ ਜ਼ਹਿਰ ਦੇ ਤੇ ਕਹਾਂ ਮੈਨੂੰ ਅੰਮ੍ਰਿਤ ਦੇ ਫਲ ਮਿੱਠੇ ਮਿਲ ਜਾਣ, ਬੀਜੇ ਬਿਖ ਮੰਗੇ ਅੰਮ੍ਰਿਤ, ਦੇਖੋ ਇਹ ਨਿਆਂ, ਇਹ ਕਦਾ ਨਿਆਂ ਹੋਇਆ, ਝੂਠ ਹੀ ਹੋਇਆ ਨਾ। ਪਰ ਨਹੀਂ, ਉਹਦਾ ਇਨਸਾਫ ਹੈ ਕਿ ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਣੇ ਆ ਲਾਓ, ਉਹ ਜ਼ਬਾਨ ਦੀਆਂ ਬੋਲੀਆਂ ਗੱਲਾਂ ਜਾਣਦੇ ਸੀ ਕੀ ਬੋਲ ਰਹੇ ਆ। ਤੇ ਸਭ ਤੋਂ ਵੱਡੀ ਗੱਲ, ਦੁਨਿਆਵੀ ਜੱਜਾਂ ਦੇ ਫੈਸਲੇ ਗਲਤ ਹੋ ਸਕਦੇ ਨੇ, ਬੇਇਨਸਾਫੀ ਹੋ ਸਕਦੀ ਹੈ, ਰੱਬ ਦਾ ਨਿਆਂ ਸੱਚਾ, ਉਹ ਸਿਰਫ ਸਾਡੀਆਂ ਜ਼ਬਾਨੀ ਗੱਲਾਂ ਨਹੀਂ ਸੁਣਦਾ। ਹੋ ਸਕਦਾ ਐਸੇ ਗਵਾਹ ਹੋਣ ਜ਼ਬਾਨੀ ਮਿੱਠੀਆਂ ਗੱਲਾਂ ਕਰਕੇ ਜੱਜ ਨੂੰ ਭਰਮਾ ਲੈਣ, ਪਰ ਉਹ ਅੰਦਰ ਦੀ ਭਾਵਨਾ ਵੀ ਸਮਝਦਾ, ਅੰਦਰ ਕੀ ਹੈ, ਦੇ ਅੰਦਰ ਕੀ ਹੈ। ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੇ ਸਭ ਪਾਓ, ਉਹ ਅੰਦਰ ਦੀ ਭਾਵਨਾ ਵੀ ਬੁੱਝ ਲੈਂਦਾ, ਇਸ ਕਰਕੇ ਉਹ ਠੱਗਿਆ ਨਹੀਂ ਜਾ ਸਕਦਾ। ਯਾਨੀ ਕਿ ਪ੍ਰਮਾਤਮਾ ਨੇ, ਤੁਸੀਂ ਬੀਜ ਦੀ ਗੱਲ ਕੀਤੀ ਆ ਵੀ ਕਿੱਡਾ ਵੱਡਾ ਜੱਜ, ਧਰਤੀ ਜਿਹੜੀ ਇੱਕ ਜੱਜ ਆ, ਅਸੀਂ ਉਹ ਚ ਮੱਕੀ ਬੀਜਦੇ ਮੱਕੀ ਹੁੰਦੀ ਆ, ਉਹ ਝੂਠ ਨਹੀਂ ਬੋਲਦੀ, ਕਣਕ ਹੁੰਦੀ ਕਣਕ ਹੁੰਦੀ ਹੈ ਬੀਜਦੇ ਵਿੱਚ, ਬਿਲਕੁਲ ਦੇ ਰੱਬ ਦਾ ਏਡਾ ਵੱਡਾ ਜੱਜ, ਉਹ ਚੀਜ਼ ਬੀਜਦੇ ਆ ਉਹੀ ਅਸੀਂ ਵੱਢਦੇ ਹਾਂ। ਹਾਂ, ਹੁਣ ਧਰਤੀ ਨੂੰ ਕੋਈ ਕਹਿ ਦੇਵੇ ਵੀ ਮੈਂ ਤੈਨੂੰ 10 ਲੱਖ ਦੀ ਖਰੀਦਿਆ, ਮੈਂ ਜਵਾਰ ਬੀਜਣ ਲੱਗਿਆ, ਕਣਕ ਹੋਣੀ ਚਾਹੀਦੀ ਹੈ, ਉਹ ਕਹਿੰਦੀ, ਉਹ ਕਹੀ ਕਿ ਭਾ ਮੈਨੂੰ 1 ਕਰੋੜ ਦੀ ਖਰੀਦ ਲੈ, ਜੋ ਬੀਜੇਗਾ ਮੈਂ ਉਹੀ ਦਵਾਂਗਾ, ਮੈਂ ਝੂਠ ਨਹੀਂ ਬੋਲਣਾ। ਇਹਨੂੰ ਕਹਿੰਦੇ ਨੇ ਉਹਦਾ ਨਿਯਮ ਹੁਕਮ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਉਹਦੇ ਨਿਯਮਾਂ ਦੇ ਵਿੱਚ ਹੁਕਮ ਮੈਨੇ, ਉਹਦੇ ਨਿਯਮ ਦੇ ਵਿੱਚ ਜੋ ਬੀਜਾਂਗੇ ਉਹ ਵੱਢਣਾ ਪੈਣਾ ਹੈ, ਜੈਸਾ ਬੀਜਿਆ ਸੋ ਲੁਣਾ, ਕਰਮਾ ਸੰਦੜਾ ਖੇਤ, ਕਰਮਾ ਦਾ ਖੇਤ ਹੈ।
ਇੱਥੇ ਤੇ ਇਹ ਨਹੀਂ ਹੋ ਸਕਦਾ ਵੀ ਫਰੀਦਾ ਲੋੜੈ ਦਾਖ ਬਜੋਰੀਆਂ ਕਿੱਕਰ ਬੀਜਿਆ ਜੱਟ ਕਿੱਕਰ ਦੇ ਬੀਜ ਬੀਜ ਕੇ ਕਵੇ ਮੈਨੂੰ ਹੁਣ ਬਜੋਰ ਦੇ ਇਲਾਕੇ ਦੇ ਅੰਗੂਰ ਮਿਲ ਜਾਣ ਜਾਂ ਸਾਰੀ ਜ਼ਿੰਦਗੀ ਖੱਦਰ ਕੱਤਦਾ ਰਵੇ ਤੇ ਕਵੀ ਹੁਣ ਰੇਸ਼ਮ ਬਣ ਜਾਵੇ ਫਰੀਦਾ ਲੋੜੈ ਦਾਖ ਬਜੋਰੀਆਂ ਕਿੱਕਰ ਬੀਜਿਆ ਜੱਟ ਹੰਡਿਆ ਉਨ ਕਤਾਏ ਦਾ ਪੈਦਾ ਲੋੜੈ ਪੱਟ ਉਨ ਕੱਤਦਾ ਹੋਵੇ ਤੇ ਕਵੇ ਰੇਸ਼ਮ ਮਿਲ ਜਾਵੇ ਏਦਾਂ ਨਹੀਂ ਹੋ ਸਕਦਾ ਇਸ ਕਰਕੇ ਉਹਦਾ ਨਿਆਂ ਸੱਚਾ ਹੀ ਤਾਂ ਹੈ ਕਿਉਂਕਿ ਉਹਦੇ ਕੁਛ ਨਿਯਮ ਨੇ ਅਸੀਂ ਜਦੋਂ ਪੜ੍ਹਦੇ ਹਾਂ ਤੇਰੇ ਨਾਏ ਰੱਤੇ ਸਿੱਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਹੁਣ ਠੱਗ ਜ਼ਬਾਨ ਦੇ ਮਿੱਠੇ ਹੁੰਦੇ ਨੇ ਮਿੱਠੇ ਹੁੰਦੇ ਅੰਦਰੋਂ ਖੋਟੇ ਹੁੰਦੇ ਨੇ ਪਰ ਮਾਲਕ ਦੇ ਦਰ ਤੇ ਠੱਗ ਹਾਰ ਜਾਂਦੇ ਨੇ ਜ਼ਬਾਨ ਦੇ ਲੱਖ ਮਿੱਠੇ ਹੋਣ ਕਿਉਂਕਿ ਕਬੂ ਨਾ ਭੀਜੇ ਸੰਜਮ ਸਵਾਮੀ ਬੋਲੇ ਮਿੱਠੇ ਵਹਿਣ ਰੱਬ ਮਿੱਠੇ ਬੋਲਾਂ ਤੇ ਖੁਸ਼ ਨਹੀਂ ਹੁੰਦਾ ਜੇ ਅੰਦਰ ਗੁੜਤਨ ਹੋਵੇ ਕੋਈ ਰਾਗ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ ਨਹੀਂ ਹਰ ਹਰ ਭੀਜਿਆ ਰਾਮ ਰਾਜੇ ਉਸ ਜ਼ਬਾਨ ਤੇ ਰਾਗ ਨਾਦ ਮਿੱਠੇ ਬੋਲਾਂ ਤੇ ਖੁਸ਼ ਨਹੀਂ ਹੁੰਦਾ ਭਿੱਜਦਾ ਨਹੀਂ ਹੈ ਕਿਉਂਕਿ ਅੰਦਰ ਦੇਖ ਲੈਂਦਾ ਹੈ ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਤੇ ਜਿਹਨਾਂ ਦੇ ਅੰਦਰ ਛਲ ਕਪਟ ਧੋਖਾ ਹੈ ਉਹਨਾਂ ਦਾ ਗਾਉਣਾ ਨਹੀਂ ਰੋਣਾ ਹੈ ਰੋਣਾ ਇਸ ਕਰਕੇ ਹਾਰ ਗਏ ਸੀ ਠੱਗਣ ਵਾਲਿਆ ਮਾਲਕ ਦੇ ਦਰ ਤੇ ਠੱਗਣ ਵਾਲੇ ਵੀ ਹਾਰ ਜਾਂਦੇ ਨੇ ਮੂੰਹ ਦੇ ਮਿੱਠੇ ਨੇ ਪਰ ਅੰਦਰ ਖੋਟੇ ਨੇ ਉਹਦਾ ਸੁਭਾਅ ਹੈ ਵੱਡੀ ਵਡਿਆਈ ਬੁੱਝੇ ਸਭ ਪਾਓ ਅੰਦਰ ਦੀ ਭਾਵਨਾ ਬੁੱਝ ਲੈਂਦਾ ਇਸ ਕਰਕੇ ਰੱਬ ਜੱਜ ਦਾ ਫੈਸਲਾ ਗਲਤ ਨਹੀਂ ਹੋ ਸਕਦਾ ਰੱਬ ਜੱਜ ਦਾ ਉਹਦਾ ਨਿਆਂ ਸੱਚਾ ਹੈ ਹੁਣ ਉਹਦਾ ਨਿਆਂ ਹੈ ਸੱਚ ਉਹਦੇ ਨਿਆਂ ਦੇ ਵਿੱਚ ਹੀ ਮੈਂ ਜ਼ਹਿਰ ਦੇ ਬੀਜ ਬੀਜੇ ਮੈਨੂੰ ਦੁੱਖ ਮਿਲ ਗਏ ਮੈਂ ਗੁਣਾਂ ਦੇ ਸੁੱਖਾਂ ਦੇ ਬੀਜ ਬੀਜੇ ਮੈਨੂੰ ਸੁੱਖ ਮਿਲ ਗਏ ਜਿਹੋ ਜਿਹੇ ਬੀਜ ਬੀਜੇ ਉਹੋ ਜਿਹਾ ਫਲ ਮਿਲ ਗਿਆ ਇਹਨੂੰ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਏ ਜਿਹੋ ਜਿਹੇ ਮੈਂ ਕਰਮਾਂ ਦੇ ਲੇਖ ਲਿਖ ਲਏ ਉਹਦੇ ਨਿਯਮਾਂ ਦੇ ਮੁਤਾਬਕ ਮੈਨੂੰ ਜਾਂ ਦੁੱਖ ਮਿਲ ਜਾਣਾ ਜਾਂ ਸੁੱਖ ਮਿਲ ਜਾਣਾ ਮੇਰੇ ਆਪਣੇ ਲਿਖੇ ਆ ਮੇਰੇ ਆਪਣੇ ਲਿਖੇ ਕਰਮ ਮੈਨੂੰ ਭੋਗਣੇ ਪੈਣਗੇ ਉਹ ਨਹੀਂ ਮੈਂ ਬਚ ਸਕਦਾ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭੁਆਈਏ ਕੁਝ ਐਸੇ ਨੇ ਜਿਹੜੇ ਉਸ ਰੱਬ ਦੀ ਹੁਕਮ ਦੇ ਬਖਸ਼ ਹੁਕਮ ਦੇ ਸਦਕਾ ਬਖਸ਼ਿਸ਼ ਲੈ ਲੈਂਦੇ ਨੇ ਹੁਕਮ ਇਹਨੇ ਨਿਯਮਾਂ ਦੇ ਵਿੱਚ ਨਿਯਮਾਂ ਦੇ ਵਿੱਚ ਰੱਬ ਦੀ ਬਖਸ਼ਿਸ਼ ਲੈ ਲੈਂਦੇ ਨੇ ਉਹਦੇ ਗੁਣਾਂ ਨਾਲ ਜੁੜ ਕੇ ਉਹਦੀ ਰਹਿਮਤ ਲੈ ਲੈਂਦੇ ਨੇ ਫਿਰ ਅਸੀਂ ਇਹ ਲਫ਼ਜ਼ ਕਿਉਂ ਵਰਤੇ ਮੇਰੇ ਕਰਮਾਂ 'ਚ ਲਿਖਿਆ ਸੀ ਹਾਂ ਜਿਹੜੇ ਮੈਂ ਕਰਮ ਕਰ ਰਿਹਾ ਉਹ ਮੈਂ ਲਿਖ ਰਿਹਾ ਉਹ ਮੈਨੂੰ ਲਿਖਿਆ ਮਿਲ ਗਿਆ ਹੁਣ ਇੱਕ ਅਸੀਂ ਕਹਿੰਦੇ ਮੱਥੇ ਦੇ ਲੇਖ ਹਾਂਜੀ ਉਹ ਸਾਨੂੰ ਮਿਲ ਗਏ ਮਿਲ ਗਏ ਮੱਥੇ ਤੋਂ ਜੋ ਲੇਖ ਲਿਖੇ ਸੀ ਉਹਦਾ ਫਲ ਮਿਲਿਆ ਸਾਨੂੰ ਤੇ ਲੇਖ ਨਾ ਮਿਟੇ ਹੀ ਸਕੀ ਜੋ ਲਿਖਿਆ ਕਰਤਾ ਉਹ ਲੇਖ ਮਿਟਦੇ ਨਹੀਂ ਹੈ ਜਾਂ ਅਸੀਂ ਕਹਿੰਦੇ ਮੱਥੇ ਦੇ ਭਾਗ ਮੰਦੇ ਭਾਗ ਪ੍ਰਗਟ ਹੋ ਗਏ ਚੰਗੇ ਭਾਗ ਪ੍ਰਗਟ ਹੋ ਗਏ ਮੇਰੇ ਚੰਗੇ ਭਾਗ ਖੁੱਲ ਗਏ ਗੁਰੂ ਮਿਲ ਗਿਆ ਮੰਦੇ ਭਾਗ ਮੇਰਾ ਨੁਕਸਾਨ ਹੋ ਗਿਆ ਮੱਥੇ ਦੇ ਲੇਖ ਜਿਹੜੇ ਲਿਖੇ ਸੀ ਉਹ ਮੈਨੂੰ ਭੋਗਣੇ ਪੈਣਗੇ ਹੁਣ ਮਸਤਕ ਦੇ ਲੇਖ ਹੈ ਕੀ ਨੇ ਮਸਤਕ ਦੇ ਵਿੱਚ ਹੁੰਦੀ ਹੈ ਮਤ ਮੱਥੇ ਵਿੱਚ ਹੁੰਦੀ ਮਤ ਤੇ ਮਤ ਦੇ ਵਿੱਚ ਹੁੰਦੇ ਨੇ ਵਿਚਾਰ ਮੱਥੇ ਦੇ ਥੱਲੇ ਮਤ ਤੇ ਮਤ ਚ ਵਿਚਾਰ ਮਤ ਵਿੱਚ ਵਿਚਾਰ ਹੁੰਦੇ ਨੇ ਬਿਲਕੁਲ ਮਸਤਕ ਮੱਥਾ ਸੀ ਗੁਰੂ ਨੂੰ ਟੇਕਣ ਦਾ ਟੇਕਦਿਆਂ ਦਾ ਮਤਲਬ ਹੀ ਹੁੰਦਾ ਆਪਣੀ ਮਤ ਟੇਕਣੀ ਆਪਣੀ ਮਨ ਦੀ ਮਤ ਭੇਟ ਕਰਕੇ ਗੁਰੂ ਦੀ ਮਤ ਲੈਣੀ ਮੱਥੇ ਚ ਮਤ ਹੈ ਮਤ ਦੇ ਵਿੱਚ ਵਿਚਾਰ ਨੇ ਵਿਚਾਰ ਨੇ ਬੀਜ ਜਿਹੜਾ ਅਸੀਂ ਪ੍ਰੈਕਟੀਕਲ ਕਰਦੇ ਹਾਂ ਉਹ ਬੀਜ ਦਾ ਪ੍ਰਫੁੱਲਤ ਹੋਣਾ ਪੈ ਜਿਹੜਾ ਮੱਥੇ ਚ ਜਾਣ ਕੇ ਸੋਚ ਲਿਆ ਵਿਚਾਰ ਪੈਦਾ ਕਰ ਲਿਆ ਦੇਖੋ ਅਸੀਂ ਕੋਈ ਵੀ ਕਰਮ ਕਰਨਾ ਹੈ ਪਹਿਲਾਂ ਸੋਚਾਂਗੇ ਨਾ ਸੋਚਾਂਗੇ ਹਾਂ ਮਨ ਮੈਂ ਇੱਥੋਂ ਫੋਨ ਹੀ ਚੁੱਕਣਾ ਪਹਿਲਾਂ ਸੋਚਾਂਗਾ ਨਾ ਫੋਨ ਚੁੱਕ ਲਵਾਂ ਫਿਰ ਹੀ ਚੁੱਕਾਂਗਾ ਨਾ ਪਹਿਲਾਂ ਵਿਚਾਰ ਪੈਦਾ ਹੋਏਗਾ ਫਿਰ ਪ੍ਰੈਕਟੀਕਲ ਹੋਏਗਾ ਨਾ ਫਿਰ ਪ੍ਰੈਕਟੀਕਲ ਹੋਏਗਾ ਵਿਚਾਰ ਹੈ ਬੀਜ ਸਾਰਿਆਂ ਬੀਜਾਂ ਨੂੰ ਸਹੀ ਮੌਸਮ ਕਈ ਵਾਰੀ ਨਹੀਂ ਮਿਲਦਾ ਇੱਕ ਟਾਈਮ ਆਉਂਦਾ ਹੈ ਬੀਜ ਦਾ ਵੀ ਇੱਕ ਮੌਸਮ ਹੁੰਦਾ ਇੱਕ ਰੁੱਤ ਹੁੰਦੀ ਹੈ ਬੀਜ ਹਰ ਮੌਸਮ ਹਰ ਰੁੱਤ ਨਹੀਂ ਉੱਗ ਸਕਦਾ ਮਨ ਨੂੰ ਕਿਸੇ ਦੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੋ ਗਿਆ ਕਿ ਲੋਕ ਸ਼ਰਾਬ ਪੀਂਦੇ ਨੇ ਸ਼ਰਾਬ ਵਿੱਚ ਹੈ ਕੀ ਹੈ ਬੜੇ ਪਾਗਲ ਹੋਈ ਫਿਰਦੇ ਨੇ ਸ਼ਰਾਬ ਦੇ ਵਿੱਚ ਮੈਂ ਵੀ ਦੇਖਾਂ ਪੀ ਕੇ ਕੀ ਹੁੰਦੀ ਹੈ ਕੀ ਚੀਜ਼ ਹੁਣ ਕੀ ਹੋਇਆ ਕਿ ਵਿਚਾਰ ਦਾ ਬੀਜ ਪੈਦਾ ਹੋ ਗਿਆ ਮੱਥੇ ਦੀ ਮਤ ਵਿੱਚ ਬੀਜ ਪ੍ਰਗਟ ਹੋ ਗਿਆ ਪਰ ਸੰਸਾਰ ਦੇ ਵਿੱਚ ਸਮਾਜ ਵਿੱਚ ਮੇਰੀ ਇੱਜ਼ਤ ਹੈ ਮਾਣ ਸਤਿਕਾਰ ਹੈ ਪ੍ਰਤਿਸ਼ਠਾ ਹੈ ਲੋਕੀ ਦੇਖਣਗੇ ਮੇਰੀ ਬਦਨਾਮੀ ਹੋਏਗੀ ਬੜਾ ਧਾਰਮਿਕ ਬੰਦਾ ਮੈਨੂੰ ਰੁੱਤ ਨਹੀਂ ਮਿਲੀ ਉਹ ਬੀਜ ਪੈਦਾ ਹੋ ਗਿਆ ਸਾਲ ਦੋ ਸਾਲ ਚਾਰ ਸਾਲ ਬਾਅਦ ਕੀ ਹੋਇਆ ਮਿੱਤਰਾਂ ਦੀ ਟੋਲੀ ਇਕੱਠੀ ਹੋਈ ਬਚਪਨ ਦੇ ਮਿੱਤਰ ਇਕੱਠੇ ਹੋਏ ਜਿਹੜੇ ਸਕੂਲ ਪੜ੍ਹੇ ਸਨ ਸਾਰੇ ਰਲ ਮਿਲ ਕੇ ਬਹਿ ਗਏ ਉਹਨਾਂ ਨੇ ਬੋਤਲਾਂ ਖੋਲ ਲਈਆਂ ਕਹਿਣ ਲੱਗੇ ਇੱਥੇ ਕਿਹੜਾ ਕੋਈ ਦੇਖਦਾ ਬਚਪਨ ਦੇ ਮਿੱਤਰਾਂ ਪੀ ਪੀ ਟੇਸਟ ਤੇ ਕਰ ਤੂੰ
ਜੇ ਤੇ ਵਿਚਾਰ ਨਾ ਹੁੰਦਾ ਵੀ ਮੈਂ ਪੀਣੀ ਹੈ ਫਿਰ ਤਾਂ ਨੇੜੇ ਨਾ ਜਾਂਦਾ ਨੀ ਵੀ ਮੈਂ ਸਵਾਲ ਹੀ ਨੀ ਪੈਦਾ ਹੁੰਦਾ ਬੀਜ ਬੀਜ ਸੀਗਾ ਕਿ ਮੈਂ ਪੀ ਕੇ ਦੇਖਾਂ ਕਦੀ ਮੌਕਾ ਨਹੀਂ ਸੀ ਮਿਲ ਰਿਹਾ ਮਿੱਤਰ ਬਚਪਨ ਦੇ ਨੇ ਇਸ ਕਰਕੇ ਕੋਈ ਟੈਨਸ਼ਨ ਨੀ ਗੀ ਉਹ ਕਹਿੰਦੇ ਨੇ ਪੀ ਫ੍ਰੀ ਦੀ ਹੈ ਟੇਸਟ ਤਾਂ ਕਰਕੇ ਦੇਖ ਅਸੀਂ ਦੱਸਦੇ ਨੀ ਕਿਸੇ ਨੂੰ ਅਸੀਂ ਕਿਸੇ ਨੂੰ ਦੱਸਣਾ ਨੀ ਗਾ ਉਹਨਾਂ ਨੇ ਪਾਈ ਜਦੋਂ ਪੀਣ ਲੱਗਿਆ ਉਹ ਬੀਜ ਨੂੰ ਮੌਸਮ ਮਿਲ ਗਿਆ ਰੁੱਤ ਮਿਲ ਗਈ ਉਹ ਬੀਜ ਪ੍ਰਫੁੱਲਿਤ ਹੋ ਗਿਆ ਭਾਗ ਖੁੱਲ ਗਏ ਜਾਗ ਗਏ ਬੀਜ ਜਾਗ ਗਿਆ ਉਹ ਲਿਖੇ ਹੋਏ ਲੇਖ ਪ੍ਰਗਟ ਹੋ ਗਏ ਵਿਚਾਰ ਪ੍ਰਗਟ ਹੋ ਗਏ ਪ੍ਰੈਕਟੀਕਲ ਰੂਪ ਦੇ ਵਿੱਚ ਕਰਮ ਦੇ ਰੂਪ ਵਿੱਚ ਹੁਣ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ਪੂਰਵ ਦੇ ਕਰਮ ਦੇ ਅੰਕੁਰ ਜਦੋਂ ਪ੍ਰਗਟ ਹੁੰਦੇ ਨੇ ਉਦੋਂ ਗੁਰੂ ਮਿਲਦਾ ਹੈ ਉਹ ਕੀ ਹੈ ਹੁਣ ਕਿਸੇ ਦੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੋ ਗਿਆ ਲੋਕੀ ਗੁਰਦੁਆਰੇ ਜਾਂਦੇ ਨੇ ਹੈ ਕੀ ਲੋਕੀ ਕਹਿੰਦੇ ਨੇ ਮੈਂ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਕੇ ਮਿਲਦਾ ਕੀ ਹੈ ਲੋਕੀ ਅੰਮ੍ਰਿਤ ਛਕੀ ਜਾਂਦੇ ਗੁਰੂ ਵਾਲੇ ਬਣੀ ਜਾਂਦੇ ਨੇ ਵਿਚਾਰ ਪੈਦਾ ਹੋ ਗਿਆ ਵੀ ਮੈਂ ਵੀ ਕਦੀ ਛੱਕ ਕੇ ਦੇਖਾਂ ਪਰ ਮੇਰਾ ਪਰਿਵਾਰ ਮੇਰਾ ਮਾਹੌਲ ਮੇਰੀ ਸੁਸਾਇਟੀ ਨਹੀਂ ਹੈਗੀ ਇਹੋ ਜੀ ਕੀ ਹੋਇਆ ਚਾਰ ਪੰਜ ਮਿੱਤਰ ਗੁਰਸੇ ਇਕੱਠੇ ਹੋਏ ਅਸੀਂ ਗੁਰਦੁਆਰੇ ਪ੍ਰੋਗਰਾਮ ਰੱਖਿਆ ਤੂੰ ਨਾਲ ਚੱਲ ਹੁਣ ਮਨ ਚ ਇੱਛਾ ਸੀ ਮੈਂ ਕਦੀ ਗੁਰੂ ਦੇ ਦਰਸ਼ਨ ਕਰਾਂ ਗੁਰੂ ਹੈ ਕੀ ਉਹਨਾਂ ਨੇ ਕਿਹਾ ਵੀ ਸੀ ਪ੍ਰੋਗਰਾਮ ਰੱਖਿਆ ਹੁਣ ਮਨ ਦੇ ਵਿੱਚ ਸੋਚਦੇ ਸੀ ਮੈਂ ਗੁਰੂ ਦੇ ਦਰਸ਼ਨ ਕਰਾਂ ਮਿੱਤਰ ਜਾ ਰਹੇ ਨੇ ਰਿਸ਼ਤੇਦਾਰ ਜਾ ਰਹੇ ਨੇ ਗੁਰਦੁਆਰੇ ਪ੍ਰੋਗਰਾਮ ਰੱਖਿਆ ਹਾਂਜੀ ਚਲੋ ਚਲੋ ਗੁਰਦੁਆਰੇ ਚਲੇ ਗਏ ਉਹ ਜਿਹੜਾ ਸੋਚ ਦਾ ਬੀਜ ਸੀ ਪ੍ਰਫੁੱਲਿਤ ਹੋ ਗਿਆ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੂਰਵਲੇ ਕਰਮ ਜਦੋਂ ਪ੍ਰਗਟ ਹੋਏ ਪੂਰਵ ਦਾ ਮਤਲਬ ਪਾਸਟ ਪਿਛਲਾ ਬੀਤ ਚੁੱਕਾ ਪੂਰਵ ਜਨਮ ਕਰਮ ਨਹੀਂ ਹੈਗਾ ਇੱਥੇ ਜਨਮ ਜੀਣ ਜਨਮ ਜਨਮ ਨਹੀਂ ਹੈਗਾ ਇੱਥੇ ਸਿਰਫ ਪੂਰਵ ਕਰਮ ਹੈ ਪੂਰਵ ਮੈਨੇ ਪਿਛਲਾ ਤੇ ਪੂਰਵ ਕਰਮ ਪਿਛਲਾ ਕਰਮ ਇੱਕ ਸੈਕਿੰਡ ਪਹਿਲਾਂ ਵੀ ਹੋ ਸਕਦਾ ਹੈ ਇੱਕ ਮਿੰਟ ਪਹਿਲਾਂ ਵੀ ਹੋ ਸਕਦਾ ਹੈ ਇੱਕ ਦਿਨ ਪਹਿਲਾਂ ਵੀ ਹੋ ਸਕਦਾ ਹੈ ਇੱਕ ਸਾਲ ਦਸ ਸਾਲ ਵੀਹ ਸਾਲ ਪੰਜਾਹ ਸਾਲ ਪਹਿਲਾਂ ਵੀ ਹੋ ਸਕਦਾ ਹੈ ਪੂਰਵ ਦਾ ਮਤਲਬ ਪਿਛਲਾ ਪਿਛਲਾ ਜਨਮ ਤੋਂ ਲੈ ਕੇ ਬੰਦੇ ਦੇ ਜੀਵਨ ਤੱਕ ਹੁਣ ਤੱਕ ਹੁਣ ਤੋਂ ਲੈ ਕੇ ਜਨਮ ਤੱਕ ਪਿਛਲਾ ਜਿਹੜਾ ਇਸੇ ਜੀਵਨ ਚ ਗੱਲ ਚੱਲ ਰਹੀ ਹੈ ਪਿਛਲੇ ਜਨਮ ਦੀ ਗੱਲ ਨਹੀਂ ਪਿਛਲੇ ਜਨਮ ਨੇ ਇਸ ਜੀਵਨ ਦੀ ਗੱਲ ਚੱਲ ਹਾਂ ਪੂਰਵ ਕਰਮ ਮੈਨੇ ਪਿਛਲਾ ਕਰਮ ਜਦੋਂ ਅੰਕੁਰਿਤ ਹੋ ਗਿਆ ਉਦੋਂ ਗੁਰੂ ਪ੍ਰਾਪਤ ਹੋ ਗਿਆ ਮੱਥੇ ਦੇ ਭਾਗ ਜਾਗ ਗਏ ਲੇਖ ਲਿਖਿਆ ਸੀ ਮਤ ਦੇ ਵਿੱਚ ਮੈਂ ਗੁਰੂ ਨੂੰ ਮਿਲਾਂ ਅੱਜ ਇੱਕ ਰੁੱਤ ਮਿਲ ਗਿਆ ਰੁੱਤ ਮਿਲ ਗਈ ਉਸ ਬੀਜ ਨੂੰ ਅੱਜ ਮੌਸਮ ਮਿਲ ਗਿਆ ਉਸ ਬੀਜ ਨੂੰ ਅੱਜ ਉਹ ਕਰਮ ਦਾ ਬੀਜ ਅੰਕੁਰਿਤ ਹੋ ਗਿਆ ਗੁਰੂ ਦੇ ਪ੍ਰਾਪਤ ਦਰਸ਼ਨ ਹੋ ਗਏ ਜਾਂ ਅੱਜ ਮਿੱਤਰ ਨੇ ਕਹਿ ਦਿੱਤਾ ਕਿਉਂ ਤੂੰ ਐਵੇਂ ਰੋਜ਼ ਟਾਲੀ ਜਾਂਦਾ ਵੀ ਅੰਮ੍ਰਿਤ ਛਕਣਾ ਅੰਮ੍ਰਿਤ ਛਕਣਾ ਚੱਲ ਮੈਂ ਚੱਲਿਆ ਅੱਜ ਵਿਸਾਖੀ ਤੇ ਅੰਮ੍ਰਿਤ ਛਕਣ ਤੂੰ ਮੇਰੇ ਨਾਲ ਚੱਲ ਉਹ ਬੀਜ ਅੰਕੁਰਿਤ ਹੋ ਗਿਆ ਗੁਰੂ ਵਾਲਾ ਬਣ ਗਿਆ ਉਹ ਚੰਗੇ ਕਰਮ ਕਰਕੇ ਸ਼ਰਾਬੀ ਜਿਹੜਾ ਚੰਗਾ ਬੰਦਾ ਕਰਮਾਂ ਕਰਕੇ ਆਪਣਾ ਬੀਜ ਕਰਕੇ ਉਹ ਸ਼ਰਾਬ ਪੀਣ ਲੱਗ ਪਿਆ ਜਿਹੜਾ ਚੰਗਾ ਬੰਦਾ ਸੀ ਉਹ ਕਰਮਾਂ ਕਰਕੇ ਮੱਥੇ ਦੇ ਭਾਗ ਲੇਖ ਲਿਖਣ ਦਾ ਮਤਲਬ ਮੱਥੇ ਵਿੱਚ ਵਿਚਾਰ ਵਿਚਾਰ ਬੀਜ ਹੁੰਦੇ ਨੇ ਜਿਹੋ ਜਿਹੇ ਬੰਦੇ ਦੇ ਵਿਚਾਰ ਨੇ ਕਦੀ ਨਾ ਕਦੀ ਉਹਨੂੰ ਪ੍ਰੈਕਟੀਕਲ ਰੂਪ ਦੇ ਦਿੰਦਾ ਬਸ ਉਹਨੂੰ ਸਿਰਫ ਮੌਸਮ ਰੁੱਤ ਮਿਲਣੀ ਚਾਹੀਦੀ ਹੈ ਮਾਹੌਲ ਮਿਲਣਾ ਚਾਹੀਦਾ ਉਹਦਾ ਇਹ ਕਹਿ ਲਈਏ ਜਿੱਦਾਂ ਅਸੀਂ ਦੁਨਿਆਵੀ ਜੀ ਹਾਂ ਅਸੀਂ ਉੱਥੇ ਸੋਚਿਆ ਸੀ ਵੀ ਬਾਹਰ ਜਾਵਾਂਗੇ ਵੱਡੀ ਕੋਠੀ ਪਾਵਾਂਗੇ ਵੱਡੀ ਸਾਰੀ ਕਾਰ ਕਮਾਵਾਂਗੇ ਪੰਜਾਂ ਸਾਲਾਂ ਬਾਅਦ ਆਏ ਦਸਾਂ ਸਾਲਾਂ ਜਦੋਂ ਪੈਸੇ ਕਮਾਏ ਉਦੋਂ ਵੀ ਜਿਹੜਾ ਉਹ ਫੇਰ ਕੋਠੀ ਪਾ ਦਿੱਤੀ ਵੱਡੀਆਂ ਕਾਰਾਂ ਦੇਖੋ ਇਹ ਕਹਿੰਦੇ ਨੇ ਮਨੋਵਿਗਿਆਨੀ ਕਹਿੰਦੇ ਨੇ ਵੀ ਹਰ ਇੱਕ ਦੇ ਅੰਦਰ ਚੰਗੇ ਮੰਦੇ ਸਾਰੇ ਬੀਜ ਹੁੰਦੇ ਨੇ ਚੰਗੇ ਮੰਦੇ ਸਾਰੇ ਬੀਜ ਨੇ ਨਿੰਦਿਆ ਚੁਗਲੀ ਚੋਰੀ ਦਾ ਬੀਜ ਹਰ ਇੱਕ ਦੇ ਅੰਦਰ ਹੁੰਦਾ ਪਰ ਮੌਕਾ ਕਿਸੇ ਕਿਸੇ ਨੂੰ ਮਿਲਦਾ ਸਾਰਿਆਂ ਨੂੰ ਨਹੀਂ ਮਿਲਦਾ ਕਿਸੇ ਨੂੰ ਰੁੱਤ ਮਿਲਦੀ ਹੈ ਤਾਂ ਬੀਜ ਪ੍ਰਗਟ ਹੋ ਜਾਂਦਾ ਉਹ ਬਿਰਲੇ ਹੀ ਭਾਗਾਂ ਵਾਲਾ ਹੈ ਜਿਹੜਾ ਇਸ ਚੋਰੀ ਦੇ ਬੀਜ ਤੋਂ ਬਚਿਆ ਹੋਇਆ ਜਾਂ ਜਿਹਨੇ ਆਪਣਾ ਬੀਜ ਮਾਰ ਦਿੱਤਾ ਵੀ ਹੁਣ ਪੁੰਗਰੇ ਨਾ ਦਾਲ ਹੋ ਗਿਆ ਕਿਉਂਕਿ ਜਦੋਂ ਦਾਲ ਹੋ ਜਾਂਦੀ ਹੈ ਨਾ ਦੋ ਫੜ ਫਿਰ ਬੀਜ ਉਗਦਾ ਨਹੀਂ ਦਾਲ ਨਹੀਂ ਉਗਦੀ ਹੁੰਦੀ ਕਿਸੇ ਵਿਰਲੇ ਦੇ ਵਿਕਾਰਾਂ ਦੇ ਬੀਜ ਗੁਰੂ ਨੇ ਦਲ ਦਿੱਤੇ ਦਲ ਦਿੱਤੇ ਹੁਣ ਵਿਕਾਰ ਕਦੀ ਨਹੀਂ ਆ ਸਕਦੇ ਭਾਵੇਂ ਚੋਲਾਂ ਦੇ ਵਿੱਚ ਕਿਉਂ ਨਾ ਬੈਠਾ ਹੋਵੇ ਨਹੀਂ ਤੇ ਚੰਗੇ ਮੰਦੇ ਬੀਜ ਜਨਮ ਤੋਂ ਹੀ ਹਰ ਬੰਦੇ ਦੇ ਅੰਦਰ ਹੁੰਦੇ ਹੀ ਨੇ ਵਿਚਾਰਾਂ ਚ ਮਾਹੌਲ ਚੋਂ ਸਮਾਜ ਚੋਂ ਮਿਲ ਜਾਂਦੇ ਨੇ ਸਾਨੂੰ ਸਾਡੇ ਵਿਚਾਰ ਕੀ ਨੇ ਆਲੇ ਦੁਆਲੇ ਸਮਾਜ ਮਾਹੌਲ ਦੇ ਵਿੱਚੋਂ ਇਕੱਠੇ ਹੋਏ ਨੇ ਜਿਹੜੇ ਸਾਡੇ ਅੰਦਰ ਵਿਚਾਰ ਪ੍ਰਗਟ ਹੋ ਜਾਂਦੇ ਨੇ ਜਿਵੇਂ ਅਸੀਂ ਪਿੱਛੇ ਵੀ ਗੱਲ ਕੀਤੀ ਸੀ ਕਿ ਭੈੜੇ ਵਿਚਾਰਾਂ ਚੋਂ ਭੈੜਾ ਮਨ ਜਨਮ ਲੈ ਰਿਹਾ ਜਦੋਂ ਗੁਰੂ ਦੀ ਮਤ ਚੰਗੀ ਹੋਏਗੀ ਉਹਦੇ ਵਿੱਚੋਂ ਚੰਗਾ ਮਨ ਜਨਮ ਲਏਗਾ ਆਪਾਂ ਕਿੰਨੇ ਕੁ ਵਿਚਾਰ ਰੋਜ਼ ਇਕੱਠੇ ਕਰ ਲੈਂਦੇ ਹਾਂ ਤਕਰੀਬਨ 60,000 ਵਿਚਾਰ ਇੱਕ ਦਿਨ ਚ ਬੰਦੇ ਦੇ ਮਨ ਵਿੱਚ ਆਉਂਦੇ ਨੇ 60,000 ਵਿਚਾਰ ਇੱਕ ਦਿਨ ਦੇ ਵਿੱਚ
ਔਰ ਕਮਾਲ ਦੀ ਗੱਲ ਇਹ ਹੈ, ਐਸਾ ਇੱਕ ਵੀ ਪਲ ਨਹੀਂ ਆਉਂਦਾ ਜਿਸ ਪਲ ਦੇ ਵਿੱਚ ਵਿਚਾਰ ਕੋਈ ਨਾ ਹੋਵੇ, ਵਿਚਾਰ ਕੋਈ ਨਾ। ਜਿਹੜੇ ਕਹਿੰਦੇ ਨੇ ਨਾ ਅਸੀਂ ਸਮਾਧੀ ਲਾ ਕੇ ਨਿਰਵਿਚਾਰ ਹੋ ਗਏ ਹਾਂ, ਕੋਈ ਵਿਚਾਰ ਨਹੀਂ ਬਚਿਆ। ਜੇ ਮਾਨੋ ਕਹਿ ਰਹੇ ਨੇ ਇੱਕ ਸੈਕਿੰਡ ਲਈ ਮਾਨੋ ਆ ਗਿਆ ਟਾਈਮ ਕਿ ਹੁਣ ਕੋਈ ਵਿਚਾਰ ਨਹੀਂ, ਹੁਣ ਇਹ ਵੀ ਤੇ ਆਪਣੇ ਆਪ ਚ ਇੱਕ ਵਿਚਾਰ ਹੀ ਹੈ ਨਾ ਵੀ ਹੁਣ ਕੋਈ ਵਿਚਾਰ ਨਹੀਂ, ਵਿਚਾਰ ਨਹੀਂ, ਵਿਚਾਰ ਹੈ। ਗੁਰੂ ਨੇ ਕਿਹਾ ਵਿਚਾਰ ਮਾਰਨੇ ਨਹੀਂ ਬਦਲਨੇ ਨੇ, ਬਦਲਨੇ ਬੁਰੇ ਵਿਚਾਰ ਕੱਢ ਕੇ ਚੰਗੇ ਵਿਚਾਰ ਲੈਣੇ ਨੇ, ਮਨ ਦੀ ਮਤ ਕੱਢ ਕੇ ਗੁਰੂ ਦੀ ਮਤ ਲੈਣੀ ਹੈ, ਚੇਂਜ ਕਰਨਾ। ਵਿਚਾਰ ਸ਼ੁਭ ਹੋਣ ਨਾ ਕਿ ਨਾ ਹੀ ਵਿਚਾਰ ਹੋਣ, ਵਿਚਾਰ ਨਹੀਂ ਹੋਣਗੇ ਜਗਤ ਕਿਵੇਂ ਚੱਲੇਗਾ, ਸੰਸਾਰ ਪਰਿਵਾਰ ਕਿਵੇਂ ਚਲਾਵਾਂਗੇ, ਅਸੀਂ ਗ੍ਰਸਤ ਕਿਵੇਂ ਚਲਾਵਾਂਗੇ। ਇੱਕ ਸੈਕਿੰਡ ਲਈ ਨਿਰਵਿਚਾਰ ਹੋ ਵੀ ਗਏ ਤੇ ਕੀ ਫਾਇਦਾ, ਉੱਠ ਕੇ ਫਿਰ ਅਸੀਂ ਕ੍ਰੋਧ ਕਰ ਰਹੇ ਹਾਂ, ਨਿੰਦਿਆ ਚੁਗਲੀ ਕਰ ਰਹੇ ਹਾਂ, ਐਸੇ ਨਿਰਵਿਚਾਰ ਨੂੰ ਕੀ ਲੈਣਾ। ਨਿਰਵਿਚਾਰ ਵਿਚਾਰ ਸਾਧਨ ਨੇ, ਬੁਰੇ ਵਿਚਾਰਾਂ ਨਾਲ ਕਿਸੇ ਦਾ ਨੁਕਸਾਨ ਕਰਦੇ ਸਾਂ, ਚੰਗੇ ਵਿਚਾਰਾਂ ਨਾਲ ਕਿਸੇ ਦਾ ਭਲਾ ਕਰਨਾ ਪੈਣਾ। ਇਸ ਕਰਕੇ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭੁਵਾਈਆਂ, ਕੁਝ ਉਹਦੇ ਨਿਯਮਾਂ ਦੇ ਵਿੱਚ ਚੰਗੇ ਗੁਣਾਂ ਨਾਲ ਜੁੜ ਕੇ ਬਖਸ਼ਿਸ਼ ਰਹਿਮਤਾਂ ਲੈ ਲੈਂਦੇ ਨੇ, ਤੇ ਕੁਝ ਉਹਦੇ ਨਿਯਮਾਂ ਦੇ ਵਿੱਚ ਔਗਣਾਂ ਨਾਲ ਜੁੜ ਕੇ ਭਵਾਏ ਜਾਂਦੇ ਨੇ, ਭਟਕਦੇ ਫਿਰਦੇ ਨੇ ਜ਼ਿੰਦਗੀ ਪਰ, ਉਹ ਭਟਕਦੇ ਹੀ ਜ਼ਿੰਦਗੀ ਬਤਾਤ ਕਰ ਦਿੰਦੇ। ਦਿੱਖ ਕਾ ਕੀਰਾ, ਦਿੱਖ ਮੈਂ ਰਾਤਾ, ਦਿੱਖ ਮੈਂ ਪਚੈ ਪਚਾਵਣ, ਹੁਕਮੇ ਅੰਦਰ ਸਭ ਕੋ ਗੱਲ ਕੀ ਕਰ, ਪੂਰੀ ਕਾਇਨਾਤ ਇੱਕ ਨਿਯਮ ਚ ਚੱਲ ਰਹੀ ਹੈ, ਉਹ ਨਿਯਮ ਤੋਂ ਬਾਹਰ ਕੋਈ ਨਹੀਂ ਹੈ। ਦੁਨਿਆਵੀ ਰਾਜੇ ਦੇ ਸਾਹਮਣੇ ਲੋਕ ਬਾਗੀ ਹੋ ਸਕਦੇ ਨੇ, ਦੁਨਿਆਵੀ ਬਾਦਸ਼ਾਹ ਦੇ ਅੱਗੇ ਬਗਾਵਤ ਕੀਤੀ ਜਾ ਸਕਦੀ ਹੈ, ਬਾਗੀ ਕਹਿ ਸਕਦੇ ਨੇ ਅਸੀਂ ਹੁਕਮ ਨਹੀਂ ਮੰਨਦੇ ਰਾਜੇ ਦਾ, ਉਹਦਾ ਪਰ ਰੱਬ ਉਹ ਬਾਦਸ਼ਾਹ ਹੈ ਕੋ ਹਰ ਸਮਾਨ ਨਹੀਂ ਰਾਜਾ, ਰੱਬ ਉਹ ਰਾਜਾ ਹੈ ਜਿਹਦੇ ਸਾਹਮਣੇ ਬਗਾਵਤ ਨਹੀਂ ਕੀਤੀ ਜਾ ਸਕਦੀ। ਨਸਤੇ ਕਹਿਣ ਅਸੀਂ ਨਹੀਂ ਰੱਬ ਦੇ ਹੁਕਮ ਨੂੰ ਮੰਨਦੇ, ਉਹਨਾਂ ਨੂੰ ਵੀ ਹੁਕਮ ਮੰਨਣਾ ਪੈਣਾ, ਬਾਗੀ ਉਹ ਜਿਹੜਾ ਹੁਕਮ ਕੱਟ ਕੇ ਦਿਖਾਵੇ, ਕੱਟ ਕੇ ਦਿਖਾਵੇ, ਪਰ ਨਾਸਤਿਕ ਜਿੰਨਾ ਮਰਜ਼ੀ ਬਾਗੀ ਬਣ ਜਾਏ ਹੁਕਮ ਨਹੀਂ ਕੱਢ ਸਕਦਾ। ਸਵਾਦ ਤਾਂ ਰੱਬੀ ਹੁਕਮ ਚ ਬੁਢਾਪਾ ਆਣਾ, ਤੂੰ ਕਹਿ ਮੈਂ ਨਹੀਂ ਮੰਨਦਾ ਹੁਕਮ ਰੱਬ ਦਾ, ਜਾਂ ਮੌਤ ਆਉਣੀ ਹੈ, ਤੂੰ ਕਹਿ ਮੈਂ ਨਹੀਂ ਮੰਨਦਾ, ਮੈਂ ਨਹੀਂ ਰੱਬ ਦੇ ਹੁਕਮ ਨੂੰ ਮੰਨਦਾ, ਉਹਦੇ ਹੁਕਮ ਉਹਦੇ ਨਿਯਮਾਂ ਚ ਮੌਤ ਆਣੀ, ਨਾਸਤਿਕ ਨੂੰ ਵੀ ਮੰਨਣੀ ਪੈਣੀ ਹੈ। ਇਸ ਕਰਕੇ ਰੱਬ ਦਾ ਰਾਜ ਵੀ ਸੱਚਾ ਹੈ, ਉਹਦਾ ਹੁਕਮ ਵੀ ਸੱਚਾ ਹੈ। ਇਹਦੇ ਨਾਲ ਇੱਕ ਛੋਟੀ ਜਿਹੀ ਹੋਰ ਗੱਲ, ਵੀ ਜਿਸ ਤਰ੍ਹਾਂ ਠੀਕ ਹੈ ਅਸੀਂ ਆਪਣੇ ਬੀਜੇ ਤੇ ਫਲ ਪਾਉਂਦੇ ਹਾਂ ਜੋ ਅਸੀਂ ਬੀਜ ਦਿੱਤਾ। ਕਈ ਵਾਰੀ ਅਸੀਂ ਮੰਨ ਲਓ ਵੀ ਮੈਂ ਤੁਰਿਆ ਜਾ ਰਿਹਾ, ਕਾਰ 'ਚ ਜਾ ਰਿਹਾ, ਮੇਰਾ ਕੋਈ ਕਸੂਰ ਨਹੀਂ, ਗ੍ਰੀਨ ਲਾਈਟ ਹੈ ਮੇਰੀ, ਪਰ ਦੂਆ ਬੰਦਾ ਆ ਕੇ ਰੈੱਡ ਲਾਈਟ ਦੇ ਵਿੱਚ ਲੰਘ ਕੇ ਆ ਕੇ ਮੇਰਾ ਨੁਕਸਾਨ ਕਰ ਦਿੰਦਾ, ਮੇਰੀ ਲੱਤ ਤੋੜ ਦਿੰਦਾ, ਕੀ ਉਹ ਕੀ ਸਿਸਟਮ ਆ ਵੀ ਉਹ ਵੀ ਹੁਕਮ? ਹਾਂ, ਉਹ ਜਿਹੜਾ ਨਿਯਮ ਗ੍ਰੀਨ ਲਾਈਟ ਵਾਲਾ, ਉਹ ਰੱਬ ਨੇ ਨਹੀਂ ਬਣਾਇਆ, ਤੁਸੀਂ ਬਣਾਇਆ, ਮਨੁੱਖਾਂ ਨੇ ਬਣਾਇਆ, ਮਨੁੱਖਾਂ ਨੇ ਬਣਾਇਆ। ਤੇ ਮਨੁੱਖ ਜਦੋਂ ਆਪਣੇ ਨਿਯਮ ਤੋੜਨਗੇ ਇੱਕ ਦੂਜੇ ਨੂੰ ਦੁੱਖ ਦੇ ਦੇਣਗੇ, ਇੱਕ ਦੂਜੇ ਨੂੰ ਦੁੱਖ ਦੇਣਗੇ, ਤੇ ਮਨੁੱਖ ਹੀ ਦੁਖੀ ਹੋਏਗਾ। ਮਨੁੱਖ ਨੇ ਜਿਹੜਾ ਨਿਯਮ ਬਣਾਇਆ, ਮਨੁੱਖ ਆਪਣੇ ਨਿਯਮ ਤੋੜੇਗਾ ਤੇ ਮਨੁੱਖ ਹੀ ਦੁਖੀ ਹੋਏਗਾ, ਉਹਦੇ ਚ ਸਮਾਜ ਦਾ ਦੋਸ਼ ਹੈਗਾ। ਦੇਖੋ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੁਛ ਲੋਕ ਅਮੀਰ ਨੇ, ਕੁਛ ਲੋਕ ਗਰੀਬ ਨੇ, ਇਹ ਕਿਉਂ ਨੇ? ਰੱਬ ਦੇ ਰਾਜ ਵਿੱਚ ਤੇ ਇੱਦਾਂ ਹੋਣਾ ਨਹੀਂ ਚਾਹੀਦਾ। ਕਿਹੜਾ ਪਿਤਾ ਚਾਹੇਗਾ ਕਿ ਮੇਰਾ ਇੱਕ ਪੁੱਤਰ ਮਹਿਲਾਂ ਚ ਬੈਠਾ ਹੋਵੇ, ਦੂਜਾ ਪੁੱਤਰ ਝੋਂਪੜੀ ਚ ਬੈਠਾ ਹੋਵੇ? ਕੋਈ ਪਿਤਾ ਨਹੀਂ ਚਾਹੇਗਾ। ਪਿਤਾ ਨੇ ਤੇ ਧਨ ਬਰਾਬਰ ਦੇ ਦਿੱਤਾ, ਅੱਗੋਂ ਪੁੱਤਰਾਂ ਨੇ ਲੜਾਈ ਕਰ ਲਈ, ਇੱਕ ਪੁੱਤਰ ਨੇ ਖੋਹ ਲਿਆ, ਦੂਜਾ ਰਹਿ ਗਿਆ। ਇਹਦੇ ਚ ਪੁੱਤਰਾਂ ਦਾ ਦੋਸ਼ ਹੈ, ਉਹਨਾਂ ਨੇ ਕਾਣੀ ਵੰਡ ਕਰ ਲਈ, ਪਿਤਾ ਦਾ ਤੇ ਕੋਈ ਦੋਸ਼ ਨਹੀਂ ਹੈ, ਦੋਸ਼ ਸਮਾਜ ਦਾ ਹੈ। ਇਹਨਾਂ ਦੇਸ਼ਾਂ ਦੇ ਵਿੱਚ ਕੋਈ ਗਰੀਬ ਨਹੀਂ, ਸਭ ਨੂੰ ਘਰ ਰੋਟੀ ਕੱਪੜਾ ਮਕਾਨ ਮਿਲ ਰਿਹਾ, ਭਾਰਤ ਵਿੱਚ ਨਹੀਂ ਮਿਲ ਰਿਹਾ, ਭਾਰਤ 'ਚ ਨਹੀਂ ਮਿਲ ਰਿਹਾ, ਕਿਉਂਕਿ ਇੱਥੇ ਸਮਾਜ ਅਸੀਂ ਨਿਰਮਿਤ ਕੀਤਾ ਹੈ, ਅਸੀਂ ਉੱਥੇ ਕਾਣੀ ਵੰਡ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਨੇ ਇੱਕ ਗੱਲ ਕਹੀ ਸੀ, ਜਦੋਂ ਮਲਿਕ ਭਾਗੋ ਨੂੰ ਕਿਹਾ ਨਾ ਵੀ ਤੇਰੇ ਮਾਲ ਪੂੜਿਆਂ 'ਚ ਗਰੀਬਾਂ ਦਾ ਖੂਨ ਹੈ, ਭਾਈ ਲਾਲੋ ਦੀ ਕੁਦਰੇ ਦੀ ਰੋਟੀ 'ਚ ਸੱਚ ਹੱਕ ਕਮਾਈ ਦਾ ਦੁੱਧ ਹੈਗਾ। ਹੁਣ ਗੱਲ ਇੱਥੇ ਖਤਮ ਨਹੀਂ ਹੋ ਜਾਂਦੀ। ਗੁਰੂ ਨਾਨਕ ਪਾਤਸ਼ਾਹ ਵਾਪਸ ਆਏ ਭਾਈ ਲਾਲੋ ਦੇ ਨਾਲ ਉਹਦੀ ਝੋਂਪੜੀ 'ਚ, ਆਖ ਨੂੰ ਸਵਾਲ ਕੀਤਾ, ਲਾਲੋ ਕੀ ਕਰਦਾ ਹੁੰਦਾ? ਕਹਿਣ ਲੱਗਾ ਜੀ ਕਿਰਤ। ਸਤਿਗੁਰੂ ਕਹਿਣ ਲੱਗੇ ਕਿਰਤ ਕਰਨ ਵਾਲੇ ਕੋਲ ਤੇ ਮਾਇਆ ਆਉਂਦੀ, ਉਹ ਅਮੀਰ ਹੁੰਦਾ, ਤੂੰ ਗਰੀਬ ਕਿਉਂ ਹੈ? ਕਹਿਣ ਲੱਗਾ ਜੀ ਪਿਛਲੇ ਜਨਮ 'ਚ ਪਾਪ ਕੀਤੀ, ਹੁਣ ਅੱਜ ਫਲ ਭੋਗ ਰਿਹਾ। ਸਤਿਗੁਰੂ ਕਹਿਣ ਲੱਗੇ ਅੱਛਾ। ਸਤਿਗੁਰੂ ਕਹਿਣ ਲੱਗੇ ਮਲਿਕ ਭਾਗੋ ਕੀ ਕਰਦਾ ਹੁੰਦਾ? ਕਹਿਣ ਲੱਗਾ ਜੀ ਕੁਛ ਵੀ ਨੀ ਕਰਦਾ, ਉੱਤੇ ਪਾਣੀ ਵੀ ਆਪ ਨਹੀਂ ਚੁੱਕ ਕੇ ਪੀਂਦਾ, ਨੌਕਰ ਲਿਆ ਕੇ ਦਿੰਦੇ ਨੇ। ਸਤਿਗੁਰੂ ਕਹਿਣ ਲੱਗੇ ਨਾ ਅਮੀਰ ਕਿਉਂ ਹੈ ਉਹ? ਉੱਤੇ ਕਿਰਤ ਨਹੀਂ ਕਰਦਾ। ਕਹਿਣ ਲੱਗਾ ਜੀ ਅਮੀਰ ਇਸ ਕਰਕੇ ਹੈ ਕਿਉਂਕਿ ਉਹਨੇ ਪਿਛਲੇ ਜਨਮ 'ਚ ਮੋਤੀ ਦਾਨ ਕੀਤੇ ਹੋਣਗੇ, ਅੱਜ ਉਹ ਅਮੀਰ ਹੈ। ਸਤਿਗੁਰੂ ਕਹਿਣ ਲੱਗੇ ਇਹ ਗੱਲਾਂ ਤੈਨੂੰ ਸਿਖਾਈਆਂ ਗਈਆਂ ਨੇ, ਇਹ ਸੱਚ ਨਹੀਂ ਹੈ।
ਤੂੰ ਗਰੀਬ ਇਸ ਕਰਕੇ ਨਹੀਂ ਵੀ ਪਿਛਲੇ ਜਨਮ ਪਾਪ ਕੀਤੇ ਨੇ, ਤੂੰ ਕਿਰਤ ਕਰ ਰਹੇ ਹੈ, ਪਰ ਜਿਹੜਾ ਤੈਨੂੰ ਹੱਕ ਮਿਲਣਾ ਚਾਹੀਦਾ ਸੀ ਮਜ਼ਦੂਰੀ, ਤੈਨੂੰ ਤੇਰੀ ਮਜ਼ਦੂਰੀ ਪੂਰੀ ਨਹੀਂ ਮਿਲ ਰਹੀ, ਉਹ ਕੋਈ ਹੋਰ ਵਿੱਚੋਂ ਖੋ ਕੇ ਲੈ ਜਾਂਦਾ ਸਰਦਾ ਖੋਲ ਕੇ ਜਾ ਰਿਹਾ, ਪੈਰੋਕਾਰ ਤੈਨੂੰ ਲੁੱਟ ਲਿਆ। ਹਾਂ, ਉਹ ਤੇਰਾ ਹੱਕ ਪੂਰਾ ਨਹੀਂ ਮਿਲ ਰਿਹਾ। ਮਲਿਕ ਭਾਗੋ ਇਸ ਕਰਕੇ ਅਮੀਰ ਨਹੀਂ ਵੀ ਪਿਛਲੇ ਜਨਮ ਚ ਮੋਤੀਦਾਨ, ਉਹ ਕਿਸੇ ਗਰੀਬ ਦਾ ਹੱਕ ਮਾਰ ਰਿਹਾ ਹੈ। ਇਸ ਕਰਕੇ ਭਾਈ ਲਾਲੋ ਹੱਕ ਮੰਗ, ਜੇ ਸਮਾਜ ਵਿੱਚ ਸੁਖੀ ਰਹਿਣਾ। ਹੱਕ ਨਹੀਂ ਮਿਲਦੇ, ਲੜਕੇ ਲੈ, ਲੜਕੇ ਲੈ। ਦੇਖੋ ਹੱਕਾਂ ਦੀ ਲੜਾਈ ਭਾਈ ਲਾਲੋ ਦੀ ਝੋਂਪੜੀ ਚ ਸ਼ੁਰੂ ਹੋਈ ਸੀ, ਕਿਆ ਬਾਤ, ਜਿਹੜੀ ਅੱਜ ਤੱਕ ਚੱਲ ਰਹੀ ਹੈ। ਸ਼ੇਰੇ ਪੰਜਾਬ ਦੇ ਸਮੇਂ ਸਭ ਨੂੰ ਬਰਾਬਰਤਾ ਦਿੱਤੀ ਗਈ, ਹਿੰਦੂ ਮੁਸਲਿਮ ਸਿੱਖ ਇਸਾਈ ਜਿੰਨੇ ਵੀ ਸੀ, ਤੇ ਉਹਨਾਂ ਦੇ 40 ਸਾਲਾਂ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ। ਜਿੰਨਾ ਸੋਨਾ ਦਰਬਾਰ ਸਾਹਿਬ ਦਿੱਤਾ, ਉਨਾ ਹੀ ਸੋਨਾ ਮੰਦਰਾਂ ਤੇ ਮਸੀਤਾਂ ਨੂੰ ਦਿੱਤਾ। ਉਹਨਾਂ ਨੇ ਸੋਨੇ ਨੂੰ ਕਨਵਰਟ ਕੀਤਾ, ਗਿਆਨ ਵਿੱਚ ਯੂਨੀਵਰਸਿਟੀਆਂ ਕਾਲਜ ਖੋਲ੍ਹੇ, ਪੜ੍ਹਾਈ ਸਾਰਾ ਸਾਧਨ ਕੀਤਾ, ਅਸੀਂ ਦਰਬਾਰ ਸਾਹਿਬ ਤੇ ਲਗਾਇਆ। ਮਤਲਬ ਹਰ ਇੱਕ ਨੇ ਆਪ ਤਰੀਕਾ ਸੀ ਯੂਜ਼ ਕਰਦਾ, ਕਿਸੇ ਨੇ ਕਿਸ ਤਰ੍ਹਾਂ ਕਰ ਲਿਆ, ਕਿਸੇ ਨੇ ਕਿਸ ਤਰ੍ਹਾਂ, ਤੇ ਕਹਿਣ ਤੋਂ ਭਾਵ ਬਰਾਬਰਤਾ ਸੀਗੀ, ਬਰਾਬਰਤਾ। ਪਰ ਹੱਕਾਂ ਦੀ ਲੜਾਈ ਸ਼ੁਰੂ ਹੋਈ ਸੀ ਭਾਈ ਲਾਲੂ ਦੀ ਚੌਪੜੀ ਚੋਂ, ਸਿਖਰ ਤੇ ਪਹੁੰਚੀ ਸੀ ਬੰਦਾ ਸਿੰਘ ਬਹਾਦਰ ਵੇਲੇ, ਜਿਨ੍ਹਾਂ ਨੇ ਜ਼ਿਮੀਂਦਾਰੀਆਂ ਦੀਆਂ ਜ਼ਮੀਨਾਂ ਵਾਪਸ ਮੋੜੀਆਂ ਸਨ, ਉਹਨਾਂ ਦੀਆਂ ਜ਼ਮੀਨਾਂ ਵਾਪਸ ਕਰਾਈਆਂ, ਟੈਕਸ ਮਾਫ ਕਰਾਏ, ਸਾਰਾ ਕੁਛ। ਕਹਿਣ ਤੋਂ ਭਾਵ ਇਹ ਹੈ, ਰੱਬ ਨੇ ਤੇ ਧਰਤੀ ਚ ਇੱਕੋ ਜਿਹਾ ਸਾਰਾ ਕੁਛ ਪਾ ਦਿੱਤਾ, ਆਸਣ ਲੋਹੇ ਲੋਹੇ ਭੰਡਾਰ ਜੋ ਕੁਛ ਪਾਇਆ ਸੀ। ਹੁਣ ਕੱਢ ਕੇ ਖਾਣ ਵਾਲੇ ਵੰਡਣ ਵਾਲੇ ਜਿਹੜੇ ਉਹ ਵਿੱਚ ਨੁਕਤਾ ਚ ਨਹੀਂ, ਉਹ ਕਰ ਦਿੰਦੇ ਨੇ ਕਾਣੀ ਵੰਡ ਕਰਦੇ, ਉਹ ਫੇਰਾ ਫੇਰੀ ਕਰਦੇ ਨੇ, ਇੱਕ ਨੂੰ ਬਹੁਤਾ ਮਿਲ ਗਿਆ, ਇੱਕ ਨੂੰ ਘੱਟ ਮਿਲ ਗਿਆ। ਇਹ ਸਾਡੇ ਸਮਾਜ ਦੇ ਆਪਣੇ ਦੋਸ਼ ਨੇ, ਆਪਣੇ ਦੋਸ਼ ਆ, ਇਹਨਾਂ ਦੇਸ਼ਾਂ ਚ ਨਹੀਂ ਇਹ ਦੋਸ਼, ਇਹਨਾਂ ਦੇਸ਼ਾਂ ਚ ਨਹੀਂ, ਇਹਨਾਂ ਦੇ ਸਮਾਨ ਇਹ ਚ ਰੱਬ ਦਾ ਦੋਸ਼ ਨਹੀਂ ਮੰਨਿਆ ਜਾਏਗਾ, ਇਹ ਸਾਡੇ ਹੀ ਕਰਮ ਨੇ ਜਿਹੜੇ ਸਾਡੇ ਅੱਗੇ ਆ ਰਹੇ ਨੇ, ਸਾਡੇ ਅੱਗੇ ਆ ਰਹੇ। ਅਸੀਂ ਅੱਜ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਵਾਂਗੇ, ਕੱਲ ਨੂੰ ਸਾਡੇ ਬੱਚੇ ਉਹ ਜ਼ੁਲਮ ਭੋਗਣਗੇ, ਭੋਗਣਗੇ, ਤੇ ਬੱਚਿਆਂ ਦੇ ਜ਼ੁਲਮ ਦੇ ਵੀ ਅਸੀਂ ਜ਼ਿੰਮੇਵਾਰ ਆ, ਕਿਉਂਕਿ ਇਹੋ ਜਿਹੋ ਜਿਹਾ ਸਮਾਜ ਨਿਰਮਿਤ ਕਰਾਂਗੇ ਉਹੋ ਜਿਹੇ ਬੱਚੇ ਹੋਣਗੇ, ਇਹੋ ਜਿਹਾ ਹੀ ਸਮਾਂ ਛੱਡ ਕੇ ਜਾਵਾਂਗੇ ਸਾਡੇ ਬੱਚੇ। ਅੱਜ ਮੈਂ ਇੱਥੇ ਬੀਜ ਬੀਜ ਕੇ ਜਾਣਾ, ਮੇਰੇ ਬੱਚਿਆਂ ਨੂੰ ਛਾਂਦਾਰ ਫਲਦਾਰ ਰੁੱਖ ਮਿਲ ਜਾਣਗੇ, ਮੈਂ ਸਾਰੇ ਰੁੱਖ ਵੱਢ ਜਾਣਾ, ਮੇਰੇ ਬੱਚੇ ਜਿਹੜੇ ਉਹ ਧੁੱਪੇ ਮਰਨਗੇ, ਧੁੱਪੇ ਮਰਨਗੇ, ਮਨੁੱਖ ਦਾ ਦੋਸ਼ ਹੈ ਨਾ। ਇਸ ਕਰਕੇ ਹੁਕਮੇ ਅੰਦਰ ਸਭ ਕੋ, ਕਾਇਨਾਤ ਦੇ ਨਿਯਮਾਂ 'ਚ ਚੱਲ ਰਹੀ ਹੈ, ਕੋਈ ਨਿਯਮ ਮੰਨ ਕੇ ਬੀਜ ਬੀਜ ਦੇਗਾ ਤੇ ਫਲ ਖਾ ਲਏਗਾ, ਨਹੀਂ ਬੀਜੇਗਾ ਤੇ ਨਹੀਂ ਖਾਏਗਾ, ਭੁੱਖਾ ਮਰੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ, ਪੱਤਾ ਵੀ ਨਹੀਂ ਹਿਲਦਾ, ਕਿਉਂਕਿ ਨਿਯਮ ਕਹਿੰਦਾ ਹੈ ਹਵਾ ਚੱਲੇਗੀ ਤੇ ਪੱਤਾ ਹਿੱਲੇਗਾ, ਨਹੀਂ ਚੱਲੇਗੀ ਤੇ ਨਹੀਂ ਹਿੱਲੇਗਾ। ਕੋਈ ਪੱਤੇ ਨੂੰ ਹਿਲਾਏਗਾ ਤੇ ਹਿੱਲੇਗਾ, ਨਹੀਂ ਹਿਲਾਏਗਾ ਤੇ ਨਹੀਂ ਹਿੱਲੇਗਾ। ਪੱਤਾ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਹਿਲਦਾ, ਉਹਦੇ ਨਿਯਮ ਕਹਿੰਦੇ ਨੇ ਕੁਛ। ਬਾਹਰ ਹੁਕਮ ਨਾ ਕੋਈ, ਕੋਈ ਹੁਕਮ ਤੋਂ ਬਾਹਰ ਨਹੀਂ। ਜਾਂ ਇਹਦਾ ਕਹਿ ਲਓ, ਜੱਜ ਨੇ ਜੋ ਫੈਸਲਾ ਸੁਣਾਇਆ, ਇੱਕ ਨੂੰ ਕਿਹਾ ਫਾਂਸੀ ਤੇ ਲਟਕਾ ਦਿਓ, ਦੂਜੇ ਨੂੰ ਕਿਹਾ ਵੀ ਉਹਨੂੰ ਬਾਰੀ ਚ ਬਰੀ ਕਰ ਦਿਓ, ਬਰੀ ਕਰ ਦਿਓ। ਅਸੀਂ ਕਹਿੰਦੇ ਬੜਾ ਵਿਤਕਰਾ ਕੀਤਾ ਜੱਜ ਨੇ, ਪਰ ਜਿਹਨੇ ਪੂਰਾ ਕੇਸ ਸੁਣਿਆ ਉਹਨੂੰ ਪਤਾ ਹੈ ਵੀ ਜਿਹਨੇ ਕਤਲ ਕੀਤੀ ਇਹਨਾਂ ਨੂੰ ਫਾਂਸੀ ਹੈ, ਜਿਹਨੇ ਵਿਚਾਰੇ ਨੇ ਕੁਛ ਨਹੀਂ ਕੀਤਾ ਉਹਨੂੰ ਵਾਜ ਦਿੱਤਾ ਹੈ। ਦੁਨਿਆਵੀ ਜੱਜ ਦੇ ਫੈਸਲੇ ਗਲਤ ਹੋ ਸਕਦੇ ਨੇ, ਉਹਦੇ ਨਹੀਂ, ਉਹਦੇ ਨਹੀਂ। ਕਰਮ ਪੱਖੋਂ ਸੁਤੰਤਰ ਆ, ਜਦੋਂ ਕਰਮ ਕਰ ਲਵਾਂਗੇ ਫਿਰ ਉਹਦਾ ਹੁਕਮ ਲਾਗੂ ਹੋਏਗਾ, ਵੀ ਤੂੰ ਕਰਮ ਕਰ ਦਿੱਤੇ ਆ ਹੁਣ ਫਲ ਦੇਵਾਂ, ਹੁਣ ਉਹਨੂੰ ਭੱਜ ਨਹੀਂ ਸਕਦਾ ਫਲ ਤੋਂ। ਤੂੰ ਬੀਜ ਬੀਜੇ ਕਣਕ ਦੇ ਆ ਹੁਣ ਕਣਕ ਲੈ ਕੇ ਜਾ, ਤੂੰ ਜ਼ਹਿਰ ਦੇ ਬੀਜ ਬੀਜੇ ਨੂੰ ਜ਼ਹਿਰ ਲੈ ਕੇ ਜਾ। ਇਹਨੂੰ ਕਹਿੰਦੇ ਨੇ ਜੈਸਾ ਬੀਜਾ ਸੋ ਲੁਣਾ, ਇਹਨੂੰ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਹੋ ਜਾ, ਉਹਦਾ ਹੁਕਮ ਹੈ, ਉਹਦਾ ਹੁਕਮ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਪੁੱਜੇ ਤਾਂ ਹੋ ਮੈਂ ਕਹਿਣਾ। ਹੁਣ ਹੁਕਮ ਕਿਵੇਂ ਪੁੱਜੀਏ, ਸਾਨੂੰ ਕੀ ਪਤਾ ਜੇ ਕਿਹੜੇ ਨਿਯਮ ਚੰਗੇ ਨੇ ਅਸੀਂ ਬੁੱਝ ਲਈਏ ਤੇ ਉਹਦੇ ਹੁਕਮਾਂ ਚ ਸੁਖੀ ਹੋ ਜਾਈਏ। ਮੈਨੂੰ ਨੀ ਪਤਾ ਡਰਾਈਵਿੰਗ ਦੇ ਕਿਹੜੇ ਨਿਯਮ ਨੇ, ਵੀ ਟਕਰਾਓ ਨਾ ਹੋ ਜਾਏ ਮੈਂ ਕੀ ਕਰਾਂ, ਫਿਰ ਮੈਨੂੰ ਇੰਸਟ੍ਰਕਟਰ ਦੇ ਕੋਲ ਜਾਣਾ ਪਏਗਾ, ਉਹ ਦੱਸੇਗਾ ਵੀ ਸੜਕ ਦੇ ਨਿਯਮ ਕੀ ਨੇ, ਰੈਡ ਲਾਈਟ ਆਵੇ ਰੁਕਣਾ, ਗ੍ਰੀਨ ਤੇ ਚੱਲਣਾ, ਇਸ ਲਾਈਨ ਤੇ ਰੁਕਣਾ, ਇਸ ਸਿਟੀ ਲਾਈਨ ਤੋਂ ਕ੍ਰੋਸ ਨਹੀਂ ਕਰਨਾ। ਜਿੰਨਾ ਚਿਰ ਮੈਂ ਹੁਕਮ ਨਹੀਂ ਬੁੱਝੀਏ ਉਹਨਾਂ ਚਿਰ ਦੁਖੀ ਹੋਇਆ, ਜਬ ਲੱਗ ਹੁਕਮ ਨਾ ਬੂਝਤਾ ਤਦ ਹੀ ਲੋ ਦੁਖੀਆ। ਤੇ ਮੇਰਾ ਇੰਸਟ੍ਰਕਟਰ ਕੌਣ ਹੈ ਮੈਨੂੰ ਹੁਕਮ ਦੀ ਪਛਾਣ ਦੱਸਣ ਵਾਲਾ? ਸਾਹਿਬ ਸ਼੍ਰੀ ਅਕਾਲ, ਮੇਰਾ ਗੁਰੂ, ਮੇਰਾ ਗੁਰੂ। ਗੁਰ ਮਿਲ ਹੁਕਮ ਪਛਾਣਿਆ ਤਦ ਹੀ ਤੇ ਸੁਖੀਆ। ਜਦੋਂ ਮੈਂ ਆਪਣੇ ਗੁਰੂ ਨੂੰ ਮਿਲਿਆ, ਗੁਰੂ ਨੇ ਮੈਨੂੰ ਰੱਬੀ ਹੁਕਮਾਂ ਦੀ ਪਛਾਣ ਕਰਾ ਦਿੱਤੀ ਵੀ ਆਹ ਨਿਯਮਾਂ 'ਚ ਚੱਲੇਗਾ, ਸਤ ਸੰਤੋਖ ਦਇਆ ਧਰਮ ਤੀਰਜ ਗਿਆਨ ਵਿਰਾਗ ਨਿਮਰਤਾ ਨਿਰਮਾਣਤਾ ਨਿਸ਼ਕਾਮਤਾ ਨੇਕ ਨੀਤੀ ਸੱਚਾਈ ਇਮਾਨਦਾਰੀ ਸਾਧ ਸੰਗਤ ਸੇਵਾ ਸਿਮਰਨ, ਇਹਨਾਂ ਗੁਣਾਂ ਦੇ ਦਾਇਰੇ 'ਚ ਰਹੇਗਾ ਤਦ ਹੀ ਤੇ ਸੁਖੀ ਆ, ਸੁਖੀ ਹੋ ਜਾਏਗਾ। ਕਰਮਾਂ ਪੱਖੋਂ ਸੁਤੰਤਰ ਆ, ਕਰਮ ਕਰਨ ਤੋਂ ਬਾਅਦ ਜਿਹੜਾ ਫਲ ਦੇਣਾ ਨਾ, ਉਹ ਅਸੀਂ ਨੀ ਕਹਿ ਸਕਦੇ ਵੀ ਮੈਂ ਬੀਜ ਬੀਜਿਆ ਅੰਬ ਦਾ ਵਿੱਚੋਂ ਸੇਬ ਖਿੱਚ ਕੇ ਲਾਵਾਂ, ਸੇਬ ਉਹਨੇ ਆਪੇ ਅੰਬ ਆਪੇ ਦੇ ਦੇਣੇ ਉਹਨੇ।
ਬਸ ਜੇ ਸੁੱਖ ਲੈਣੇ ਆ ਤੇ ਗੁਰੂ ਦੇ ਲੜ ਲੱਗਣਾ। ਹਾਂ, ਉਹਦੇ ਹੁਕਮਾਂ ਚ ਗੁਰੂ ਦੇ ਗੁਰੂ ਨੂੰ ਮਿਲ ਕੇ ਰੱਬੀ ਹੁਕਮਾਂ ਨੂੰ ਪਛਾਣ ਕੇ ਅਸੀਂ ਜੀਵਨ ਦੇ ਵਿੱਚ ਸੁਖੀ ਆਨੰਦਿਤ ਹੋ ਸਕਦੇ ਹਾਂ। ਕੀ ਬਾਤ ਹੈ, ਹੁਕਮ ਦੀ ਪਰਿਭਾਸ਼ਾ ਆਪ ਜੀ ਨੇ ਸੰਗਤਾਂ ਦੇ ਰੂਬਰੂ ਕੀਤੀ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਮਾਂ ਆਜ਼ਾਦ ਨਹੀਂ ਦੇ ਰਿਹਾ, ਇੱਥੇ ਹੀ ਹੋਈਆਂ ਭੁੱਲਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ